सो सत श्री अकाल भाई सारिआं नूं होप सो सारे जणे बिल्कुल ठीक होवोंगे। अज्ज दी वीडियो विच रिएक्ट करन जा रहे हां भाई ट्राई मी सॉन्ग बाई करण औजला ते गाणा इहनूं 77 मिंट हो चुके हैगे। ते बाकी जे आपां म्यूजिक दी गल करिए म्यूजिक 21 दा गा लिखिआ ते गाया इह गाणा ते कंपोजिशन इह गाणे दी करण औजले ने बणाई आ। ते जे वीडियो दी गल करिए वीडियो हैगी आ रिवाइव फिल्म दी। सो देखदे हां गाणा किवें आउंदा किवें नहीं। सो बिना टाइम खराब कीते शुरू करदे हां इहदी वीडियो। Formula One. यार आ लाइना घेंट लिखी यार बंद ने स्टार्टिंग दे वेचा घट आप खावा वह यार खवावे कोई हो के दिखावे आदि यारी आउंदा तुरी कोई रो के दिखावे आदि यारी आउंदा उठी कोई शो के दिखावे जिदे ते तू मरही उनू बोलने ना दमा आदि यार तेरा बोले कोई रो के दिखावे। कार केड़ी यार बीएमडब्ल्यू तां नहीं लगदी इह विचाले अल्फा रोमियो है ना इह अल्फा रोमियो है शायद हां ओही हो बीट बड़ी घैंट आ यार मतलब ऐसी जी बीट तो यार कदे सुनी नहीं आ चीज तुसीं ध्यान नाल फील करो ये चीज जिहड़ी हुण बीट चलूगी इहदा ऐ जे लग रहा जिवें तीन चार बीटां जिहां मिक्स करतियां होंदियां। खतरनाक कम आ यार नवीं जी चीज आ नवी डेवलार है डेवलार यार केड़ी गड्डी होई होना बच्चों कमेंट करके डेवलार यार उन्ना जी तो नहीं कहते एस्टन मार्टन वाले दी दसो कमेंट करके यार मैनू हुण चिंता च पता नवा या ना दस के दिखाता रोके खतरनाक यार दिखाता रोके आ की करी जाना ओ आ कौन यार इनू लेके जाओ ए कोई कमाल दा बंदा यार शूट चली जांदी तुंदी नहीं दिखाता रोके संगतार ने रोक लिया रोक के दिखाता शॉट बड़े बंप है यार आ देखो कितने खतरनाक शॉट फिश आई बीट ना यार कुछ कुछ फोक जी वाइब दे रही है
ਪਰ ਮਤਲਬ ਗਾਣਾ ਕਿਹੋ ਜਿਹੇ ਟਾਈਪ ਦਾ ਹੈ ਨਾ, ਅਤੇ ਘੈਂਟ ਆ ਯਾਰ ਜੀ, ਮੈਨੂੰ ਤਾਂ ਵਧੀਆ ਲੱਗੀ ਆ ਬੀਟ। ਸਾਰੀ ਵੀਡੀਓ ਰਿਵਾਇੰਡ ਕਰਕੇ ਲਾ ਦੀ। ਸੋ ਬਾਬੇ ਇਹ ਸੀਗਾ ਗਾਣਾ ਕੁੱਲ ਮਿਲਾ ਕੇ, ਅਤੇ ਗਾਣੇ ਦੇ ਵਿੱਚ ਕਾਫੀ ਚੀਜ਼ਾਂ ਨਵੀਆਂ ਸੀਗੀਆਂ ਬਾਈ। ਹੁਣ ਜਿਵੇਂ ਮੰਨ ਕੇ ਚੱਲੋ ਚੱਲਦੇ ਗਾਣੇ ਦੇ ਵਿੱਚ ਇੱਕ ਸਕਿੱਟ ਪਾਤਾ ਇਹਨਾਂ ਨੇ, ਹੈ ਨਾ, ਵੀ ਸੰਗਤਾਰ ਆਇਆ ਵਿੱਚ ਕਹਿੰਦਾ ਆਹ ਦਿਲ ਰੋਕ ਲਿਆ, ਹੈ ਨਾ, ਅਤੇ ਉਹ ਵੀ ਚੀਜ਼ ਨਵੀਂ ਸੀਗੀ ਅਤੇ ਘੈਂਟ ਲੱਗੀ ਯਾਰ ਵੀਡੀਓ ਦੇ ਵਿੱਚ ਦੇਖ ਕੇ। ਸਰਪ੍ਰਾਈਜ਼ ਹੋ ਗਏ ਦੇਖ ਕੇ ਯਾਰ, ਵੀ ਆਹ ਕੀ ਹੋ ਗਿਆ, ਹੈ ਨਾ। ਅਤੇ ਬਾਕੀ ਵੀਡੀਓ ਵੀ ਪੂਰੀ ਘੈਂਟ ਸੀਗੀ ਗਾਣੇ ਦੀ, ਅਤੇ ਇੱਕ ਆਹ ਜਿਵੇਂ ਐਂਡ 'ਤੇ ਰਿਵਾਇੰਡ ਕੀਤੀ ਆ ਸਾਰੀ ਵੀਡੀਓ, ਹੈ ਨਾ, ਤਾਂ ਇਹ ਵੀ ਇੱਕ ਨਵਾਂ ਜਿਹਾ ਕੰਸੈਪਟ ਸੀਗਾ, ਇਹ ਵੀ ਚੀਜ਼ ਘੈਂਟ ਲੱਗ ਰਹੀ ਸੀਗੀ ਵੀਡੀਓ ਦੇ ਵਿੱਚ। ਅਤੇ ਬਾਕੀ ਯਾਰ ਲਿਰਿਕਸ ਬਹੁਤ ਵਧੀਆ ਲਿਖਿਆ ਐਤਕੀ ਉਹਦੇ ਨੇ, ਸਵਾਦ ਲਿਆ ਤਾਂ ਲਿਰਿਕਸ, ਮਤਲਬ ਯਾਰ ਜਿਹੜੀਆਂ ਜਿਹੜੀਆਂ ਗੱਲਾਂ ਕਹਿੰਦਾ ਗਈਆਂ, ਹੈ ਨਾ, ਅਤੇ ਵੀ ਆਪ ਘੱਟ ਖਾਵਾਂ ਯਾਰਾਂ ਨੂੰ ਵੱਧ ਮਤਲਬ ਖਵਾਵਾਂ, ਹੈ ਨਾ, ਮਤਲਬ ਇਹ ਜਿਹੀਆਂ ਚੀਜ਼ਾਂ ਕਹਿੰਦਾ ਗਈਆਂ, ਕਾਫੀ ਘੈਂਟ ਘੈਂਟ ਗੱਲਾਂ ਕੀਤੀਆਂ ਗਈਆਂ ਸੀਗੀਆਂ। ਅਤੇ ਸੋ ਘੈਂਟ ਸੀਗਾ ਗਾਣਾ ਬਾਈ, ਅਤੇ ਐਤਕੀ ਯਾਰ ਮਤਲਬ ਆਪਣੀ ਪਸੰਦ ਦੇ ਗਾਣੇ ਆ ਰਹੇ, ਹੈ ਨਾ, ਪਹਿਲਾਂ ਵਾਲਾ ਗਾਣਾ ਵੀ ਘੈਂਟ ਸੀਗਾ ਅਤੇ ਆਹ ਗਾਣਾ ਵੀ ਘੈਂਟ ਸੀਗਾ, ਥੋੜ੍ਹਾ ਜਿਹਾ ਮਤਲਬ ਜਿਹੜੇ ਦੇਸੀ ਬੰਦੇ ਹੈਗੇ ਮੇਰੇ ਵਰਗੇ, ਹੈ ਨਾ, ਉਹਨਾਂ ਨੂੰ ਪਸੰਦ ਆਊਗੀ ਇਹ EP ਜਾਂ ਐਲਬਮ ਜੋ ਵੀ ਆ, ਅਤੇ ਮਤਲਬ ਇਹ ਪਸੰਦ ਆਊਗੀ ਕਿਉਂਕਿ ਬਈ ਇਹ ਸਾਡੇ ਟਾਈਪ ਦੇ ਬੰਦਿਆਂ ਲਈ ਥੋੜ੍ਹੀ ਬਣੀ ਵੀ ਐਲਬਮ। ਅਤੇ ਬਾਕੀ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ ਬਾਈ। ਅਤੇ ਬਾਕੀ ਸੱਚ ਬੀਟ ਰਹਿ ਗਈ ਸੀ ਯਾਰ, ਬੀਟ ਤਾਂ ਬਈ ਜਮੀ ਐਂਡ ਸੀਗੀ, ਇੱਕੀ ਬਾਈ ਯਾਰ ਸਿਰੇ ਹੀ ਕਰਾਉਂਦਾ ਹੈਗਾ, ਜਿਹੜੇ ਗਾਣੇ 'ਚ ਆ ਜਾਂਦਾ ਨਾ ਬਾਬਾ ਅੱਗ ਹੀ ਲਾ ਦਿੰਦਾ ਯਾਰ ਇਹ ਬੰਦਾ, ਬਹੁਤ ਘੈਂਟ ਸੀਗੀ ਯਾਰ ਬੀਟ, ਪੂਰਾ ਫੁੱਲ ਸਵਾਦ ਆਇਆ ਗਾਣਾ ਸੁਣਨ ਦਾ। ਬਾਕੀ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ, ਗਾਣਾ ਵਧੀਆ ਲੱਗਿਆ ਵੀਡੀਓ ਨੂੰ ਕਰ ਦਿਉ ਲਾਈਕ, ਚੈਨਲ ਨੂੰ ਕਰ ਦਿਉ ਸਬਸਕ੍ਰਾਈਬ, ਫੇਰ ਮਿਲਦੇ ਨੇ ਵੀਡੀਓ ਨਾਲ। ਥੈਂਕਸ ਫੋਰ ਵਾਚਿੰਗ ਗਾਈਜ਼। Entire empire on fire, so give me your mic without a wire. Signs are steadily, signs are steadily.